ਸਾਨੂੰ ਰੈਗੂਲਰ ਕਿਸੇ ਨੇ ਵੀ ਨਹੀਂ ਕੀਤਾ ਨਾ ਬਾਦਲਾ ਨੇ ਕੀਤਾ ਨਾ ਕੈਪਟਨ ਨੇ ਕੀਤਾ ਪਰ ਇਹ ਤੋਂ ਇਲਾਵਾ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੀ ਆਸ ਜਗੀ ਸਾਨੂੰ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਅਸੀਂ ਉੱਥੇ ਦੀ ਉੱਥੇ ਅੱਜ ਫੇਰ ਖੜੇ ਆ ਸਾਡੇ ਨਾਲ ਧੋਖਾ ਫੇਰ ਹੋ ਗਿਆ ਕਿਉਂ ਕਿ ਅਸੀਂ 6000 ਤਨਖਾਹ ਲੈਣ ਵਾਲੇ ਅਧਿਆਪਕ ਅੱਜ ਕੰਮ ਕੀ ਕਰ ਰਹੇ ਆ ਮੈਂ ਆਪਦੇ ਵੱਲੋਂ ਇਹ ਗੱਲ ਜ਼ਿਕਰ ਕਰੂੰਗੀ ਇੱਥੇ ਵੀ ਅਸੀਂ ਇਸ ਟਾਈਮ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਦਾ ਇਹ ਕੰਮ ਕਰ ਰਹੇ ਆ 3 ਸਾਲ ਤੋਂ ਲੈ ਕੇ 6 ਸਾਲ ਦੇ ਬੱਚੇ ਆ ਜਿਹੜੇ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਨਾਮ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਚਲਾਈਆਂ ਗਈਆਂ 2017 ਤੋਂ ਉਹ ਕਲਾਸਾਂ ਨੂੰ ਅਸੀਂ ਪੜਾ ਰਹੇ ਆ 3500 ਤਨਖਾਹ ਲੈ ਰਹੇ ਆ ਸਾਡੇ ਕੈਂਡੀਡੇਟ 446 ਬੰਦੇ ਸਾਡੀ ਟੋਟਲ ਗਿਣਤੀ ਕਿੰਨੀ ਆ 6412 ਬੰਦੇ 412 ਜਣੇ ਪੰਜਾਬ ਦੇ ਵਿੱਚ ਅਸੀਂ ਅਧਿਆਪਕਾਂ ਜਿਹੜੇ ਉਹ ਕੰਮ ਕਰ ਰਹੇ ਆ ਰਿਪੀਟ ਮੈਂ ਫੇਰ ਕਰ ਦਿਆਂ ਕਿ 6000 ਤਨਖਾਹ ਦੇ ਲੈਣ ਵਾਲਿਆਂ ਦੀ ਗਿਣਤੀ ਦੇ ਵਿੱਚੋਂ 3500 ਤਨਖਾਹ ਲੈਣ ਵਾਲੇ ਸਾਡੇ ਕੈਂਡੀਡੇਟ ਵੀ ਹੈਗੇ ਆ ਕਿਉਂ ਸਰਕਾਰਾਂ ਨੇ ਇਹ ਕੋਈ ਕਰਾਈਟਰੀਆ ਨਹੀਂ ਤੈਅ ਕੀਤਾ ਉਹਨਾਂ ਨੇ ਈਟੀਟੀ ਕਰਾਤੀ ਇਹਨਾਂ ਨੇ ਐਂਟੀਟੀ ਕਰਾਤੀ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਕਿ ਤੁਹਾਨੂੰ ਅਸੀਂ ਰੈਗੂਲਰ ਕਰਾਂਗੇ ਕਿਸੇ ਪਾਲਿਸੀ ਦੇ ਅਧੀਨ ਲਿਆ ਕੇ ਰੈਗੂਲਰ ਕਰਾਂਗੇ ਜਦੋਂ ਹੁਣ ਪਾਲਿਸੀ ਦੀ ਵਾਰੀ ਆਈ ਪਾਲਿਸੀ ਦੇ ਵਿੱਚ ਰੈਗੂਲਰ ਕਰਨ ਦੀ ਗੱਲ ਆਈ ਤਾਂ ਸਾਨੂੰ ਉਹਦੇ ਕ੍ਰਾਈਟੇਰੀਆ ਤੋਂ ਬਾਹਰ ਰੱਖਿਆ ਗਿਆ ਕਿਉਂ ਅਸੀਂ ਕੋਈ ਮਤਲਬ ਕਿ ਸਰਕਾਰ ਦਾ ਸਿਸਟਮ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਅਸੀਂ ਈਜੀਐਸ ਸਕੂਲ ਬਣਵਾਏ 800 ਸਕੂਲ ਆ ਜਿਹੜਾ ਪੰਜਾਬ ਦੇ ਵਿੱਚ ਅੱਜ ਤੁਸੀਂ ਇਹਦੇ ਕੱਲ ਦੀ ਪਰਚੋਲ ਕਰ ਸਕਦੇ ਹੋ ਕਿ ਉਹ ਈਜੀਐਸ ਦੇ ਨਾਮ ਨਾਲ ਚੱਲਦਾ ਪਿਆ ਉਹਦੇ ਵਿੱਚ ਅਸੀਂ ਲੱਖਾਂ ਬੱਚੇ ਸਿੱਖਿਆਤ ਕੀਤੇ ਜਿਹੜੇ ਬੱਚੇ ਸਿੱਖਿਆਤ ਕੀਤੇ ਆ ਉਹਦੇ ਵਿੱਚੋਂ ਅੱਜ ਉਹ ਬੱਚੇ ਕਿਤੇ ਨਾ ਕਿਤੇ ਨੌਕਰੀਆਂ ਦੇ ਵਿੱਚ ਚਲੇ ਗਏ ਜਦੋਂ ਅਸੀਂ ਧਰਨੇ ਰੈਲੀਆਂ ਕਰਦੇ ਆ ਕੋਈ ਪੁਲਿਸ ਦੇ ਵਿੱਚ ਵੀ ਮੁਲਾਜ਼ਮ ਬਣਿਆ ਕੋਈ ਚੈਨਲ ਦੇ ਉੱਤੇ ਵੀ ਚਲਾ ਗਿਆ ਜਦੋਂ ਉਹ ਸਾਨੂੰ ਜਾ ਕੇ ਦੇਖਦੇ ਆ ਤਾਂ ਨੇ ਲਾਉਂਦਿਆਂ ਨੂੰ ਸਾਨੂੰ ਕੁਐਸਚਨ ਕਰਦੇ ਆ ਕਿ ਮੈਡਮ ਤੁਸੀਂ ਹਜੇ ਪੱਕੇ ਨਹੀਂ ਹੋਏ ਉੱਥੇ ਸਾਡਾ ਜਿਹੜਾ ਮਤਲਬ ਜਿਗਰਾ ਉਹ ਬਲਉਂਦਰਿਆ ਜਾਂਦਾ ਅਸੀਂ ਇਹ ਗੱਲ ਲਈ ਮਤਲਬ ਅੱਜ ਤੁਹਾਡੇ ਚੈਨਲ ਤੇ ਆਪਣੀ ਪੁਕਾਰ ਲੈ ਕੇ ਆਇਆ ਕਿ ਸਰਕਾਰ ਦੇ ਕੰਨਾਂ ਦੇ ਵਿੱਚੋਂ ਜਿਹੜੀ ਆਵਾਜ਼ ਆ ਸਾਡੀ ਉਹ ਪੈ ਜਾਵੇ ਸਰਕਾਰ ਇੱਥੇ ਜਾਗ ਜਵੇ ਜਿਹੜਾ ਕਿ ਭਗਵੰਤ ਮਾਨ ਮੁੱਖ ਮੰਤਰੀ ਅੱਜ ਸਾਡੇ ਪੰਜਾਬ ਦੇ ਕਹਿ ਰਹੇ ਆ ਹਰੇਕ ਸਟੇਜ ਤੋਂ ਜਾ ਕੇ ਬੋਲ ਰਹੇ ਆ ਬਾਕੀ ਸਟੇਟਾਂ ਦੇ ਵਿੱਚ ਜਾ ਕੇ ਸਟੇਜਾਂ ਤੋਂ ਬੋਲ ਰਹੇ ਆ ਕਿ ਪੰਜਾਬ ਦੇ ਵਿੱਚ ਅਸੀਂ ਇੰਨੇ ਅਧਿਆਪਕ ਆ ਜਿਹੜੇ ਕੱਚੇ ਅਧਿਆਪਕਾਂ ਉਹ ਪੱਕੇ ਕਰਤੇ ਅਸੀਂ ਕਹਿ ਰਹੇ ਆ ਵੀ ਮੁੱਖ ਮੰਤਰੀ ਸਾਹਿਬ ਆ ਇਧਰ ਝਾਤ ਮਾਰੋ ਇਧਰਲੇ ਪਾਸੇ ਕੱਚੇ ਅਧਿਆਪਕ ਜਿਹੜੇ 6000 ਦਾ ਨਾਂ ਤੁਸੀਂ ਲੈਂਦੇ ਹੁੰਦੇ ਸੀ ਇਧਰ ਝਾਤ ਮਾਰੋ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਢਾਂਚਾ ਜਿਹੜਾ ਪਹਿਲੀ ਨੀਂਹ ਦੇ ਵਿੱਚ ਪਹਿਲੀ ਇੱਟ ਰੱਖਣ ਦਾ ਕੰਮ ਹੈ ਜਿਹੜਾ ਉਹ ਇਹ ਅਧਿਆਪਕ ਕਰ ਰਹੇ ਆ ਇਨ੍ਹਾਂ ਵੱਲ ਵਿਸ਼ੇਸ਼ ਤੌਰ ਤੇ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਨੂੰ ਸਾਡੇ ਡਿਪਾਰਟਮੈਂਟ ਨੂੰ ਇਹਦੇ ਬਾਰੇ ਦੁਬਾਰਾ ਫੇਰ ਇਹ ਗੱਲ ਰਿਪੀਟ ਕਰਨੀ ਚਾਹੀਦੀ ਹੈ ਇਹਦੇ ਤੇ ਦੁਬਾਰਾ ਫੇਰ ਆਪ ਦੇ ਸਾਡੇ ਮਹਿਕਮੇ ਤੋਂ ਰਿਪੋਰਟ ਲੈਣੀ ਚਾਹੀਦੀ ਹੈ ਕਿ ਇਹਨਾਂ ਨੂੰ ਪੱਕੇ ਕਿਵੇਂ ਕੀਤਾ ਜਾ ਸਕਦਾ ਹੈ ਅਸੀਂ ਆਪਦੇ ਵੱਲੋਂ ਇਹ ਕਹਿੰਨੇ ਆਂ ਵੀ ਸਰਕਾਰ ਨੂੰ ਸਾਡੇ ਤਜਰਬੇ ਨੂੰ ਦੇਖਦੇ ਹੋਏ ਸਾਡੇ ਕੰਮ ਨੂੰ ਦੇਖਦੇ ਹੋਏ ਸਾਡੇ ਕੋਲ ਕੁਆਲੀਫਿਕੇਸ਼ਨ ਦੀ ਜੇ ਅਸੀਂ ਗੱਲ ਕਰਗੇ ਤਾਂ ਮਿਨੀਮਮ ਕੁਆਲੀਫਿਕੇਸ਼ਨ ਇਹਨਾਂ ਨੇ ਐਂਟੀਟੀ ਕਿਹਾ ਐਂਟੀਟੀ ਤੋਂ ਇਲਾਵਾ ਸਾਡੇ ਕੋਲੇ ਈਟੀਟੀ ਬੀਐਡ ਐਮਐਡ ਐਮਏ ਪੀਐਚਡੀ ਤੱਕ ਮਤਲਬ ਸਾਡੇ ਲੋਕਾਂ ਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਜਿਹਦੇ ਵਿੱਚ ਈਟੀਟੀ ਦੀ ਪੋਸਟ ਹੈ ਜਿਹੜੀ ਉਹਦੇ ਲਈ ਇਹਨਾਂ ਨੇ ਮਿਨੀਮਮ ਕੁਆਲਿਫਿਕੇਸ਼ਨ ਹੈ ਜਿਹੜੀ ਪੋਸਟ ਦੇਣ ਲਈ ਰੱਖੀ ਹੋਈ ਆ ਉਹ ਈਟੀਟੀ ਟੈਟ ਪਾਸ ਲਈ ਹੈ